ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਸੋ ਕਿਸਾਨ ਵੀਰੋ, ਇੱਕ ਬਹੁਤ ਜਿਹੜਾ ਹੈਗਾ ਜ਼ਰੂਰੀ ਨੁਕਤੇ ਤੁਹਾਡੇ ਨਾਲ ਗੱਲ ਕਰਨੀ ਆ ਕਿ ਜਿਹੜਾ ਕਣਕ ਦੀ ਫਸਲ ਦੇ ਵਿੱਚ ਇਹ ਜਿਹੜੀ ਇੱਕ ਸੁੰਡੀ ਜੀ ਆ ਰਹੀ ਹੈ, ਲਾਰਵਾ ਜਿਹਾ ਆ ਰਿਹਾ ਹੈਗਾ, ਕਿਸਾਨ ਵੀਰਾਂ ਨੂੰ ਭੁਲੇਖ ਹੈ ਕਿ ਸਿੱਟਿਆਂ ਦੇ ਉੱਤੇ ਜਿਹੜਾ ਇਹ ਕੀੜਾ ਆ ਗਿਆ, ਸੁੰਡੀ ਆ ਗਈ, ਅਤੇ ਇਹ ਜਿਹੜਾ ਹੈਗਾ ਕਣਕ ਦੀ ਫਸਲ ਦਾ ਨੁਕਸਾਨ ਕਰੂਗਾ। ਜਿਹੜੀ ਉਹ ਕਿਸਾਨ ਵੀਰੋ ਇਹ ਕੀੜਾ ਹੈਗਾ, ਆ ਦੇਖੋ ਇਹ ਲੇਡੀ ਬਰਡ ਬੀਟਲ ਜਿਹੜਾ ਹੈਗਾ, ਇੱਕ ਭੁੰਡੀ ਹੁੰਦੀ ਹੈ, ਉਹ ਵੀ ਤੁਹਾਨੂੰ ਦਿਖਾਉਣਾ ਮੈਂ। ਇਹ ਉਹਦਾ ਲਾਰਵਾ, ਉਹਦਾ ਬੱਚਾ ਹੈ ਜਿਹੜਾ ਕਿ ਲਾਲ ਭੁੰਡੀ ਹੈ, ਇਹ ਤੇਲਾ ਖਾਂਦੀ ਹੈ, ਕਿਸਾਨ ਮਿੱਤਰ ਕੀੜਾ ਇਹ। ਅਤੇ ਕਿਸਾਨ ਵੀਰ ਇਹਨਾਂ ਦੇ ਜਿਹੜੇ ਬਾਲਕ, ਇਹਨਾਂ ਦੇ ਬੱਚੇ ਦੇਖ ਕੇ ਕਣਕ ਦੀ ਫਸਲ ਦੇ ਉੱਪਰ ਹੀ ਜਿਹੜੇ ਅੱਜ ਹੀ ਮੈਨੂੰ ਇੱਕ ਦੋ ਵਾਰੀ ਜਿਹੜੇ ਫੋਨ ਆਏ ਸੀਗੇ ਕਿ ਇਹ ਕਣਕ ਦੀ ਫਸਲ ਦੇ ਵਿੱਚ ਜੇ ਪੱਤਿਆਂ ਦੇ ਉੱਤੇ ਜਾਂ ਜਿਹੜੇ ਸਿੱਟੇ ਦੇ ਵਿੱਚ ਜੀ ਇੱਕ ਸੁੰਡੀ ਪੈ ਗਈ ਹੈ, ਅਤੇ ਉਹ ਅਸੀਂ ਜਿਹੜੀ ਸਪਰੇਅ ਕਰ ਰਹੇ ਹਾਂ। ਆਹ ਦੇਖੋ ਜਿਹੜੀ ਆਪਣਾ ਮਿੱਤਰ ਕੀੜਾ ਕਿਸਾਨ ਵੀਰੋ, ਇਹ ਨੁਕਸਾਨ ਨਹੀਂ ਕਰਦਾ ਹੈਗਾ, ਸਿੱਟਿਆਂ ਦੇ ਉੱਪਰ ਤੁਹਾਨੂੰ ਬਹੁਤ ਗਿਣਤੀ 'ਚ ਦਿਸਣਗੇ ਇਹ। ਆਹ ਦੇਖੋ ਬਹੁਤ ਜ਼ਿਆਦਾ ਗਿਣਤੀ 'ਚ ਵੱਧ ਰਹੇ ਹੈ, ਕਿਉਂਕਿ ਜਿਹੜਾ ਹੁਣ ਤਾਪਮਾਨ, ਜਦੋਂ ਤਾਪਮਾਨ ਥੋੜ੍ਹਾ ਜਿਹਾ ਵੱਧ ਹੁੰਦਾ ਤਾਂ ਤੇਲੇ ਦੇ ਨਾਲ ਨਾਲ ਜਿਹੜੇ ਹੈਗੇ ਇਹ ਮਿੱਤਰ ਕੀੜੇ ਆ ਇਹ ਵੀ ਵਧਣ ਲੱਗ ਪੈਂਦੇ ਆ। ਜਿਹੜਾ ਹੈਗਾ ਇਹ ਕੁਦਰਤੀ ਤੌਰ 'ਤੇ ਜਿਹੜਾ ਹੈਗਾ ਸੁੰਡੀ ਦਾ, ਸੋਰੀ, ਜਿਹੜਾ ਤੇਲੇ ਦਾ ਕੰਟਰੋਲ ਕਰਦੇ ਆ। ਜਿਹੜਾ ਵੀਟ ਐਫਡ ਆ, ਚਿੱਪ ਹੈ ਜਿਹੜਾ, ਚਿੱਪੇ ਨੂੰ ਇਹ ਲਾਲ ਭੁੰਡੀ ਅਤੇ ਜਿਹੜਾ ਹੈਗਾ ਇਹਦਾ ਬਾਲਗ ਹੈ, ਇਹਦਾ ਆਹ ਲੇਡੀ ਬਰਡ ਬੀਟਲ ਦਾ, ਅਤੇ ਇਹ ਤੋਂ ਪਹਿਲਾਂ ਜਿਹੜਾ ਹੈਗੀਆਂ ਉਹ ਕਾਲੀਆਂ, ਜਿਹਨੂੰ ਕਿਸਾਨ ਵੀਰ ਸੁੰਡੀ ਸਮਝਦੇ ਆ। ਆਹ ਦੇਖੋ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੈ। ਇਸ ਕਣਕ ਦੀ ਫਸਲ ਦੇ ਉੱਪਰ ਕੋਈ ਸਪਰੇਅ ਨਹੀਂ ਕੀਤੀ ਹੋਈ। ਆਹ ਦੇਖੋ ਬਹੁਤ ਗਿਣਤੀ ਦੇ ਵਿੱਚ ਇਹ ਜਿਹੜੀਆਂ ਸੁੰਡੀਆਂ ਨੇ। ਚੇਪਾ ਖਾਣ ਦਾ ਕੰਮ ਕਰਦੇ, ਹੋਰ ਕੋਈ ਸਵਾਲ ਹੈਗਾ ਵਿੱਚ ਲਾਈਵ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ, ਉਹਦਾ ਵੀ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ। ਵਿੱਚ ਕੋਈ ਕਿਸਾਨ ਵੀਰ ਨੇ ਸਵਾਲ ਪੁੱਛਣਾ ਹੋ, ਜਿੰਨੇ ਕਿਸਾਨ ਵੀਰ 20-25 ਕਿਸਾਨ ਵੀਰ ਜਿਹੜੇ ਲਾਈਵ ਦੇਖ ਰਹੇ, ਕਿਰਪਾ ਕਰਕੇ ਇਹਨੂੰ ਵੱਧ ਜਿਹੜਾ ਹੈਗਾ ਵੀਡੀਓ ਨੂੰ ਸ਼ੇਅਰ ਕਰਨ ਦੀ ਜ਼ਰੂਰ ਖੇਚਲ ਕਰਦਾ ਕਰੋ, ਤਾਂ ਕਿ ਹੋਰ ਜਿਹੜੇ ਕਿਸਾਨ ਵੀਰ ਆ ਉਹਨਾਂ ਤਾਈਂ ਜਾਣਕਾਰੀ ਪਹੁੰਚ ਜਾਵੇ। ਕਿਉਂਕਿ ਹੁਣ ਜਿਹੜੇ ਕਿਸਾਨ ਵੀਰ ਆ ਇਹੀ ਜਿਹੜੀ ਲੇਡੀ ਬਰਡ ਬੀਟਲ ਦੇ ਜਿਹੜੇ ਲਾਰਵੇ ਦੇਖ ਦੇਖ ਕੇ ਜਿਹੜਾ ਹੈਗਾ ਸੁੰਡੀਆਂ ਵਾਲੀ ਸਪਰੇਅ ਕਰਨ ਲੱਗ ਪਏ। ਕਿਤੇ ਕਿਤੇ ਹੈਗੀ ਆ ਜਿੱਥੇ ਗੋਭ ਦੀ ਸੁੰਡੀ ਦੀ ਸਮੱਸਿਆ, ਉੱਥੇ ਜਿਹੜਾ ਸਿੱਟਾ ਚਿੱਟਾ ਹੋ ਜਾਂਦਾ, ਪਰ ਜੇ ਸਿੱਟੇ ਦੇ ਉੱਪਰ ਇਹ ਜਿਹੜਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਕੀੜਾ ਨਜ਼ਰ ਆਉਂਦਾ ਹੈਗਾ, ਤਾਂ ਇਹ ਜਿਹੜਾ ਹੈਗਾ ਲੇਡੀ ਬਰਡ ਬੀਟਲ ਦਾ ਲਾਰਵਾ, ਲਾਲ ਭੁੰਡੀ ਦਾ, ਅਤੇ ਇਹ ਜਿਹੜਾ ਹੈਗਾ ਆਪਣਾ ਮਿੱਤਰ ਕੀੜਾ। ਇਹਦੇ ਉੱਪਰ ਕਿਸੇ ਕਿਸਮ ਦੀ ਆਪਾਂ ਸਪਰੇਅ ਨਹੀਂ ਕਰਨੀ, ਜੇ ਆਪਾਂ ਸਪਰੇਅ ਕਰਾਂਗੇ ਅਤੇ ਜੇ ਤੇਲੇ ਦਾ ਅਟੈਕ ਵੀ ਕਿਸਾਨ ਵੀਰੋ ਦਰੱਖਤਾਂ ਦੇ ਥੱਲੇ ਆ ਕਿਤੇ ਕਿਤੇ, ਜਾਂ ਜਿਹੜਾ ਹੈਗਾ ਵੱਟਾਂ 'ਤੇ ਜਾਂ ਖਾਲਾਂ ਜਿਹੜੇ ਹੈਗੇ ਆਸੇ ਪਾਸੇ ਰਾਹਾਂ ਤੋਂ ਸ਼ੁਰੂ ਹੁੰਦਾ ਹੁੰਦਾ ਸਾਈਡਾਂ ਤੋਂ, ਤਾਂ ਕੋਸ਼ਿਸ਼ ਕਰੋ ਕਿ ਤੇਲੇ ਤੋਂ ਵੀ ਆਪਾਂ ਜਿਹੜੀ ਸਪਰੇਅ ਹੈ ਉਹ ਨਾ ਕਰੀਏ, ਕਿਉਂਕਿ ਆ ਜਿਹੜੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਇਹ ਮਿੱਤਰ ਕੀੜੇ ਆਏ ਹੋਏ ਆ ਫੀਲਡ ਦੇ ਵਿੱਚ, ਖੇਤ ਦੇ ਵਿੱਚ, ਤਾਂ ਜਦੋਂ ਆਪਾਂ ਸਪਰੇਅ ਜਿਹੜੀ ਕਰਾਂਗੇ ਤਾਂ ਉਹਦੇ ਨਾਲ ਇਹ ਖਤਮ ਹੋ ਜਾਣਗੇ। ਬਹੁਤ ਗਿਣਤੀ ਦੇ ਵਿੱਚ ਇਹ ਜਿਹੜੇ ਹੈਗੇ ਵੱਧ ਰਹੇ ਦਿਨੋਂ ਦਿਨ, ਅਤੇ ਇਹਨਾਂ ਨੇ ਕੁਦਰਤੀ ਤੌਰ 'ਤੇ ਜਿਹੜਾ ਚੇਪੇ ਦੀ ਕੰਟਰੋਲ ਜਿਹੜੇ ਹੈਗੇ ਰੋਕਥਾਮ ਕਰ ਦੇਣੀ ਆ। ਹੋਰ ਕਿਸਾਨ ਵੀਰੋ ਕੋਈ ਸਵਾਲ ਹੋਵੇ ਜਾਂ ਕੋਈ ਤੁਹਾਡਾ ਸੁਝਾਅ ਹੋਵੇ, ਕਿਰਪਾ ਕਰਕੇ ਜਿਹੜਾ ਹੈਗਾ 2-4 ਮਿੰਟ ਆਪਾਂ ਲਾਈਵ ਰਹਾਂਗੇ, ਥੱਲੇ ਜ਼ਰੂਰ ਦੱਸ ਦਿਓ ਕਮੈਂਟ ਦੇ ਵਿੱਚ, ਤਾਂ ਕਿ ਮੈਂ ਉਹਦਾ ਜਵਾਬ ਦੇ ਸਕਾਂ। ਵੀਡੀਓ ਕਿਰਪਾ ਕਰਕੇ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਸ਼ੇਅਰ ਕਰ ਦਿਓ, ਕਿਸਾਨ ਵੀਰਾਂ ਨੂੰ ਪਹੁੰਚਾ ਦਿਓ, ਤਾਂ ਕਿ ਉਹ ਜਿਹੜਾ ਆਪਦਾ ਸਵਾਲ ਪੁੱਛ ਸਕਣ।
ਸਕਣਾ ਜਾਂ ਆਪਦਾ ਭਜਾ ਦੇ ਸਕਣ। ਆਹ ਦੇਖੋ ਕਣਕ ਦੀ ਫਸਲ ਬੜੀ ਵਧੀਆ, ਕੋਈ ਕਿਸਮ ਦਾ ਅਟੈਕ ਨਹੀਂ ਹੈਗਾ। ਜਿਹੜੀ ਥਾਇਓਮੈਥੋਕਸਮ 25 ਦੀ ਡੋਜ਼ ਕਿਸਾਨ ਵੀਰ ਪੁੱਛ ਰਹੇ ਬਲਕਰਨ ਸਿੰਘ ਜੀ, ਜਿਹੜੇ ਬਾਈ ਜਿਹੜੀ ਡੋਜ਼ ਹੈ PAU ਵੱਲੋਂ ਜਿਹੜੀ ਸਿਫਾਰਿਸ਼ ਹੈਗੀ ਆ ਉਹ 20 ਗ੍ਰਾਮ ਪ੍ਰਤੀ ਏਕੜ ਆਪਾਂ ਜਿਹੜੀ ਸਪਰੇਅ ਕਰਨੀ ਹੈ 100 ਲੀਟਰ ਪਾਣੀ 'ਚ। ਅਤੇ ਜੇ ਤੁਹਾਡੇ ਅਟੈਕ ਜ਼ਿਆਦਾ ਆ ਤਾਂ ਤੁਸੀਂ ਜਿਹੜਾ ਹੈਗਾ 30-35 ਗ੍ਰਾਮ ਤਾਈਂ ਜਿਹੜੀ ਸਪਰੇਅ ਕਰ ਸਕਦੇ, ਪਰ ਜ਼ਿਆਦਾ ਆਪਾਂ ਨੂੰ ਓਵਰ ਡੋਜ਼ ਪਾਉਣ ਦੀ ਜ਼ਰੂਰਤ ਨਹੀਂ। ਉਹਦੇ ਨਾਲ ਜਿਹੜੀ ਹੈਗੀ ਆ ਕੀੜੇ ਮਕੌੜੇ ਦੇ ਉੱਪਰ ਰਜਿਸਟੈਂਸ ਆਉਂਦੀ ਆ। ਵੈਸੇ ਤਾਂ ਜਿੱਥੇ ਵੀ ਅਟੈਕ ਹੈ, ਕਤੇਲੇ ਦਾ ਅਟੈਕ ਦੌਗੀਆਂ ਦੇ ਵਿੱਚ ਹੈ ਜਾਂ ਦਰੱਖਤਾਂ ਦੇ ਥੱਲੇ ਹੈ, ਉੱਥੇ ਤੁਸੀਂ ਜਿਹੜਾ ਸਪਰੇਅ ਕਰਕੇ ਅਤੇ ਤੇਲੇ ਨੂੰ ਚੇਪੇ ਨੂੰ ਉੱਥੇ ਹੀ ਰੋਕ ਸਕਦੇ ਹਾਂ। ਅਤੇ ਸਾਰੇ ਖੇਤ ਦੇ ਉੱਪਰ ਸਪਰੇਅ ਨਾ ਕਰੋ, ਕਿਉਂਕਿ ਜਿਹੜਾ ਅਟੈਕ ਹਜੇ ਜਿਹੜਾ ਕਿਸੇ ਵੀ ਫੀਲਡ ਦੇ ਵਿੱਚ ਹੈ ਉੱਥੇ ਜਿਹੜਾ ਹੈਗਾ ਦਰੱਖਤਾਂ ਦੇ ਥੱਲੇ ਛਾਂ ਵਾਲੀਆਂ ਜਗ੍ਹਾ 'ਤੇ ਜਾਂ ਜਿਹੜਾ ਹੈਗਾ ਸਾਈਡਾਂ ਤੋਂ ਜਿਹੜਾ ਅਟੈਕ ਸ਼ੁਰੂ ਹੁੰਦਾ ਹੁੰਦਾ ਤਾਂ ਆਪਾਂ ਜਿਹੜਾ ਸਾਈਡਾਂ ਦੇ ਉੱਪਰ ਹੀ ਜਿੱਥੇ ਅਟੈਕ ਆ ਉੱਥੇ ਸਪਰੇਅ ਕੀਤੀ ਜਾਵੇ। ਸਾਰੇ ਖੇਤ 'ਚ ਆਪਾਂ ਸਪਰੇਅ ਨਾ ਕਰੀਏ। ਯੈਲੋ ਰਸਟ ਦੀ ਸਮੱਸਿਆ ਵੀ ਕਿਸਾਨ ਵੀਰੋ ਜਿਹੜੀ ਖੇਤਾਂ ਦੇ ਵਿੱਚ ਦੌਗੀਆਂ ਦੇ ਵਿੱਚ ਆ ਰਹੀ ਹੈਗੀ ਹੈ ਕੀੜੀ ਗੁੰਗੀ ਦੀ, ਉਹਦੇ ਵਾਸਤੇ ਤੁਸੀਂ ਜਿਹੜੀਆਂ ਸਪਾਰਸ਼ੁੱਲੀ ਨਾਸ਼ਕ ਹੈ ਜਿਨ੍ਹਾਂ ਦੇ ਵਿੱਚ ਪ੍ਰੋਪੀਕੋਨਾਜ਼ੋਲ ਜਾਂ ਟੈਬੂਕੋਨਾਜ਼ੋਲ ਜਾਂ ਨੈਟੀਵੋ ਜਾਂ ਓਪੇਰਾ ਜਿਹੜੀਆਂ ਸਪਾਰਸ਼ ਦੇ ਉੱਲੀ ਨਾਸ਼ਕ ਉਹ ਤੁਸੀਂ ਸਪਰੇਅ ਕਰ ਸਕਦੇ ਹੋ। ਓਪੇਰਾ ਦੀ ਜਿਹੜੀ ਡੋਜ਼ ਆ 200 ml ਪ੍ਰਤੀ ਏਕੜ ਹੈ, ਨੈਟੀਵੋ 120 ਗ੍ਰਾਮ ਪ੍ਰਤੀ ਏਕੜ, ਪ੍ਰੋਪੀਕੋਨਾਜ਼ੋਲ ਜਾਂ ਟੈਬੂਕੋਨਾਜ਼ੋਲ ਆ ਜਿਹੜਾ ਨਾਲ ਮੈਨਕੋਜ਼ਵ। ਕਿਸਾਨ ਵੀਰੋ ਜਿਹੜਾ ਪ੍ਰੋਪੀਕੋਨਾਜ਼ੋਲ ਆ ਇਕੱਲੀ ਤੁਸੀਂ ਸਪਰੇਅ ਕਰੋ ਟੈਕਨੀਕਲ, ਜੇ ਤੁਸੀਂ ਮੈਨਕੋਜ਼ਵ ਦੀ ਸਪਰੇਅ ਕਰਨੀ ਹੈ ਤਾਂ ਤੁਸੀਂ ਕਾਰਬੈਂਡਾਜਮ ਪਲੱਸ ਮੈਨਕੋਜ਼ਵ ਜਾਂ ਜਿਹੜੀ ਫਾਰਮੂਲੇਸ਼ਨ ਜਿਹੜੀਆਂ ਮਿਕਸ ਆਉਂਦੀਆਂ ਨੇ ਉਹਦੇ ਵਿੱਚ ਤੁਸੀਂ ਵਰਤ ਸਕਦੇ ਹੋ। ਪਰ ਜੇ ਤੁਸੀਂ ਪ੍ਰੋਪੀਕੋਨਾਜ਼ੋਲ ਦੀ ਸਪਰੇਅ ਵੀ ਕਰੋਗੇ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ, ਇਹਦੇ ਵਿੱਚ ਕੋਈ ਘਬਰਾਉਣ ਵਾਲੀ ਜ਼ਰੂਰਤ ਨਹੀਂ। ਪਰ ਮੈਂ ਦੇਖਿਆ ਕਿ ਜਿਹੜੇ ਕਿਸਾਨ ਵੀਰ ਹੈ ਉਹ ਜਿਹੜਾ ਸਪਰੇਅ ਦੇ ਵਾਸਤੇ ਉੱਲੀ ਨਾਸ਼ਕ ਦੀ ਸਪਰੇਅ ਵਾਸਤੇ ਪਾਣੀ ਦੀ ਡੋਜ਼ ਬੜੀ ਘੱਟ ਵਰਤ ਰਹੇ ਹੈ, 90 ਲੀਟਰ ਤੋਂ 100 ਲੀਟਰ ਤੱਕ ਹੀ ਆਮ ਵਰਤਦੇ ਆ। ਉਹਦੇ ਨਾਲ ਜਿਹੜਾ ਹੈਗਾ ਕੰਟਰੋਲ ਸਹੀ ਨਹੀਂ ਮਿਲਦਾ ਪੂਰਾ ਆਪਾਂ। ਕਿਰਪਾ ਕਰਕੇ ਜਦੋਂ ਉੱਲੀ ਨਾਸ਼ਕ ਦੀ ਸਪਰੇਅ ਕਰਨੀ ਹੈ ਤਾਂ ਪਾਣੀ ਆਪਾਂ ਹੈਂਡ ਪੰਪ ਨਾਲ 200 ਲੀਟਰ ਤਾਂ ਜੇ ਪਾਵਰ ਸਪਰੇਅ ਨਾਲ ਆਪਾਂ ਜਿਹੜਾ ਘੱਟੋ ਘੱਟ 125-150 ਲੀਟਰ ਪਾਣੀ ਜ਼ਰੂਰ ਲਾਈਏ ਤਾਂ ਕਿ ਜਿਹੜਾ ਪੂਰਾ ਖੋਲੀ ਜਾਂਦਾ ਜਿਹੜੀ ਪੱਤਿਆਂ ਦੇ ਉੱਪਰ ਪੂਰੀ ਚੰਗੀ ਤਰ੍ਹਾਂ ਜਿਹੜੀ ਕ੍ਰੋਪ ਦੇ ਉੱਪਰ ਸਪਰੇਅ ਹੋ ਸਕੇ। ਦੇਖੋ ਆਹ ਜਿਹੜੀ ਲੱਗਦੀ ਆ ਜਿਹੜੀ ਇਹ ਲੰਬੀ ਹੋ ਜਾਂਦਾ ਜਿਹੜਾ ਇਹ ਲਾਰਵਾ ਹੈਗਾ ਲੇਡੀ ਬਰਡ ਬੀਟਲ ਦਾ, ਇਹ ਇਸ ਤਰ੍ਹਾਂ ਲੱਗਦਾ ਕਿਸਾਨ ਵੀਰਾਂ ਨੂੰ ਜਿਵੇਂ ਸੁੰਡੀ ਹੁੰਦੀ ਹੈ, ਪਰ ਇਹ ਸੁੰਡੀ ਨਹੀਂ ਹੈਗੀ। ਇਹ 'ਤੇ ਸਪਰੇਅ ਨਾ ਕਰੋ, ਜੇ 'ਤੇ ਸਪਰੇਅ ਕਰਾਂਗੇ ਤਾਂ ਇਹ ਜਿਹੜਾ ਮਿੱਤਰ ਕੀੜਾ ਆਪਣਾ ਇਹ ਖਤਮ ਹੋ ਜਾਊਗਾ। ਹੋਰ ਕੋਈ ਸਵਾਲ ਕਿਸਾਨ ਵੀਰ ਹੋਵੇ ਤਾਂ ਜ਼ਰੂਰ ਦੱਸੋ। ਇਹ ਜਿਹੜੀ ਕਣਕ ਦੀ ਫਸਲ ਹੈ ਇਸ ਟਾਈਮ ਇਹ ਇੱਥੇ ਦੇਖੋ ਇਹਦਾ ਜਿਹੜਾ ਪੋਲੀਨੇਸ਼ਨ ਖਤਮ ਹੋ ਚੁੱਕੀ ਹੈ ਜੀ। ਪਿਛਲੇ ਦਿਨਾਂ ਜਿਹੜਾ ਪੂਰਾ ਬੂਰ ਆਇਆ ਵੀ ਹੁਣ ਜਿਹੜੇ ਇਹ ਡਿਟੈਚ ਹੋ ਚੁੱਕੇ ਆ ਜਿਹੜੇ ਐਂਕਰ ਸੀ ਪੋਲੀਨੇਸ਼ਨ ਤੋਂ ਬਾਅਦ, ਇਹ ਜਿਹੜੇ ਥੱਲੇ ਜਿਹੜਾ ਬੂਰ ਚੜ੍ਹ ਜਾਂਦਾ ਜਿਹੜਾ ਬੂਰ ਚੜ੍ਹ ਗਿਆ ਜਿਹੜਾ ਇਹਦੇ ਵਿੱਚ ਦਾਣਾ ਭਰਨਾ ਸ਼ੁਰੂ ਹੋ ਗਿਆ ਹੈਗਾ। ਸੋ ਹੋਰ ਕੋਈ ਤੁਹਾਡਾ ਸਵਾਲ ਹੋਵੇ ਸੁਝਾਅ ਹੋਵੇ ਸਾਂਝਾ ਕਰੋ। ਮੇਰਾ ਮੇਨ ਮੋਟਿਵ ਸੀਗਾ ਕਿ ਜਿਹੜਾ ਇਹ ਲੇਡੀ ਬਰਡ ਬੀਟਲ ਦਾ ਲਾਰਵਾ ਆਪਣੇ ਮਿੱਤਰ ਕੀੜਾ ਇਹ ਜਿਹੜੀ ਕਾਲੇ ਰੰਗ ਦੀ ਜਿਹੜਾ ਹੈਗਾ ਇੱਕ ਕੀੜਾ ਜਾਂ ਤੁਹਾਨੂੰ ਸਿੱਟਿਆਂ ਦੇ ਉੱਤੇ ਕਣਕ ਦੀ ਫਸਲ ਦੇ ਵਿੱਚ ਦਿਸਦਾ ਜਿਹਦੇ ਉੱਪਰ ਮੈਂ ਤੁਹਾਨੂੰ ਫੋਟੋ ਦੁਬਾਰਾ ਕੋਸ਼ਿਸ਼ ਕਰਦਾ। ਤੁਹਾਨੂੰ ਕਿਸਾਨ ਵੀਰਾਂ ਜਿਹੜੇ ਉਹ ਸੁੰਡੀ ਸਮਝ ਲੈਂਦੇ ਆ ਕਿ ਕਣਕ ਦੀ ਫਸਲ ਦੇ ਵਿੱਚ ਸੁੰਡੀ ਦਾ ਅਟੈਕ ਹੋ ਗਿਆ ਅਤੇ ਉਹਦੇ ਉੱਪਰ ਜਿਹੜੀ ਕੀਟਨਾਸ਼ਕ ਦੀ ਸਪਰੇਅ ਕਰਨ ਲੱਗ ਪੈਂਦੇ ਜਿਹਦੇ ਨਾਲ ਆਪਣੇ ਮਿੱਤਰ ਕੀੜੇ ਮਰ ਜਾਂਦੇ ਹੈਗੇ। ਆ ਦੇਖੋ ਆਹ ਜਿਹੜਾ ਲਾਰਵੇ ਤੋਂ ਅੱਗੇ ਪਿਊਪਾ ਬਣ ਜਾਂਦਾ ਜਦੋਂ ਇਕੱਠਾ ਜਿਹਾ ਹੋ ਜਾਂਦਾ ਇਹ, ਇਦੂ ਬਾਅਦ ਇਹਦੀ ਜਿਹੜੀ ਹੈਗੀ ਲਾਲ ਭੁੰਡੀ ਤੋਂ ਬਣ ਜਾਂਦੀ ਜਿਹੜਾ ਬਾਲਗ ਹੈ ਜਿਹੜੀ ਤੁਰੀ ਫਿਰਦੀ ਆ ਅਤੇ ਇਹ ਜਿਹੜੀ ਹੈਗੀ ਚੇਪਾ ਖਾਂਦੀ ਹੈ। ਆ ਦੇਖੋ ਛਾਂ ਦੇ ਵਿੱਚ ਜਿਹੜਾ ਕਿਤੇ ਕਿਤੇ ਚੇਪੇ ਦਾ ਹਮਲਾ ਵੀ ਹੋਇਆ ਹੋਇਆ ਅਤੇ ਉੱਥੇ ਜਿਹੜੇ ਹੈਗੇ ਆਪਣੇ ਮਿੱਤਰ ਕੀੜੇ ਵੀ ਆਏ ਹੋਏ ਆ। ਸੋ ਜਿਹੜਾ ਇਹਨੂੰ ਕੁਦਰਤੀ ਤੌਰ 'ਤੇ ਕੰਟਰੋਲ ਕਰਨਾ
ਕਿਸਾਨ ਵੀਰ ਤੁਹਾਡਾ ਕੋਈ ਸਵਾਲ ਹੈ ਸੁਝਾਅ ਤਾਂ ਜ਼ਰੂਰ ਦੱਸੋ। ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ, ਥੱਲੇ ਕਮੈਂਟ ਕੀਤਾ ਕਿਸਾਨ ਵੀਰ ਨੇ ਵੋਇਸ ਆ ਰਹੀ। ਚਲੋ ਜੇ ਤੁਹਾਡਾ ਕੋਈ ਹੋਰ ਸਵਾਲ ਹੋਇਆ ਥੱਲੇ ਕਮੈਂਟ ਕਰ ਦਿਓ ਵੀਡੀਓ 'ਤੇ, ਤਾਂ ਮੈਂ ਉਹਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਆਪਾਂ ਜਿਹੜੀ ਹੈਗੀ ਹੈ ਲੋੜ ਅਨੁਸਾਰ ਹੀ ਜਿਹੜੇ ਕੀਟਨਾਸ਼ਕਾਂ ਅਤੇ ਉੱਲੀਨਾਸ਼ਕਾਂ ਦੀ ਸਪਰੇਅ ਕਰਨੀ ਕਿਸਾਨ ਵੀਰੋ, ਜਿੱਥੇ ਕੋਈ ਸਮੱਸਿਆ ਹੈਗੀ ਆ ਉੱਥੇ ਸਪਰੇਅ ਕਰੋ, ਬਿਨਾਂ ਮਤਲਬ ਤੋਂ ਜਿਹੜੇ ਕੀਟਨਾਸ਼ਕ ਅਤੇ ਉੱਲੀਨਾਸ਼ਕ ਵਰਤਣ ਤੋਂ ਪਰਹੇਜ਼ ਕਰੋ, ਤਾਂ ਕਿ ਜਿਹੜਾ ਕੁਦਰਤੀ ਬੈਲੈਂਸ ਆਪਾਂ ਖਰਾਬ ਨਾ ਕਰੀਏ। ਮਿੱਤਰ ਕੀੜੇ ਜਿਹੜੇ ਹੈਗੇ ਆਪਣਾ ਕੁਦਰਤੀ ਤੌਰ 'ਤੇ ਜਿਹੜਾ ਕੰਟਰੋਲ ਕਰਦੇ ਕੀੜੇ ਮਕੌੜਿਆਂ ਦਾ, ਉਹ ਆਪਾਂ ਬੈਲੈਂਸ ਜਿਹੜਾ ਹੈਗਾ ਖਰਾਬ ਨਾ ਹੋਣ ਦੇਈਏ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।